ਆ ਦੇਖੋ ਇਹ ਸਾਡੇ ਵੈਰੀ ਆ ਗਏ, ਕਈ ਵਾਰ ਹੇਟਰਸ ਵਿੱਚ ਆ ਜਾਂਦੇ ਵੀਡੀਓ ਦੇ। ਓ ਬਾਈ ਮੁੰਡਿਓ ਦੇਖੋ ਰੂਮ ਗੱਲਬਾਤ ਸਿਰੇ ਇਹਦੇ ਕੋਸਾ ਬਾਬ ਹੋਏ ਮਰੇ ਜੀ ਕੀ ਹਾਲ ਚਾਲ ਸਾਰਿਆਂ ਦੇ। ਤਾਂ ਅੱਜ ਆਪਾਂ ਜਾ ਰਹੇ ਹਾਂ ਬਈ ਕਾਲਜ ਦੇ ਵਿੱਚ ਆਪਣਾ ਪਹਿਲਾ ਦਿਨ, ਠੀਕ ਹੈ। ਅਤੇ ਆਪਾਂ ਇੱਥੋਂ ਪਹਿਲਾਂ ਟ੍ਰੇਨ ਲਿੱਤੀ ਹੈ, ਫਿਰ ਆਪਾਂ ਜਾਣਾ ਹੈਗਾ ਗੱਡੀ 'ਤੇ ਊਬਰ 'ਤੇ ਆਪਾਂ ਕੈਬ ਬੁੱਕ ਕਰਵਾਈ ਸੀਗੀ। ਉੱਥੇ ਆਪਾਂ ਨੂੰ ਲੱਗਣਾ ਘੰਟਾ ਜਾਣ ਜਾਣ 'ਤੇ, ਕਿਉਂਕਿ ਕਹਿ ਰਹੇ ਕਿ 80 ਕਿਲੋਮੀਟਰ ਦੂਰ ਆਪਣਾ ਓਲਡ ਸਕੂਲ ਹੈਗਾ। ਅਤੇ ਸਕੂਲ ਦਾ ਪਹਿਲਾ ਦਿਨ ਕਿਵੇਂ ਜਾਂਦਾ ਤੁਹਾਨੂੰ ਸਾਰਾ ਦਿਖਾਵਾਂਗੇ। ਤਾਂ ਵੀ ਜੋ ਵੀ ਕੁਛ ਹੁੰਦਾ ਆਪਾਂ ਟਾਈਮ ਟੂ ਟਾਈਮ ਆਪਾਂ ਕਲਿੱਪ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਵੈਸੇ ਪਹਿਲਾ ਦਿਨ ਹੈ ਤਾਂ ਇਹ ਵੀ ਇੰਨਾ ਫੋਨ ਕੋਈ ਯੂਜ਼ ਨਾ ਕਰ ਸਕੀਏ, ਕਿਉਂਕਿ ਉਹ ਆਪਾਂ ਸਟੋਰ ਵਗੈਰਾ ਹੋਣਗੇ ਕੋਲੇਜ ਦਾ ਟੂਰ ਕਰਾਉਣਗੇ ਉਹ, ਪਰ ਤੁਹਾਨੂੰ ਸਾਰਾ ਸ਼ੋ ਕਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਆ ਦੇਖੋ ਬਾਈ ਆ ਗਏ ਮੁੰਡੇ ਹੋ ਗਏ ਇਕੱਠੇ, ਆਹ ਸਾਡਾ ਸਮਾਨ ਪਿਆ ਇੱਧਰ ਗੱਡੀ ਆਉਣ ਵਾਲੀ ਸਾਡੀ, ਆਹ ਟ੍ਰੇਨ 'ਤੇ ਆਪਾਂ ਆ ਗਏ ਸੀਗੇ, ਉਡੀਕਦੇ ਹਾਂ ਬਸ ਹੁਣ ਬਾਈ ਨੂੰ। ਉਹ ਬਾਈ ਮੁੰਡੇ ਉਹ ਦੇਖੋ ਰੂਮ ਗੱਲਬਾਤ ਸਿਰੇ ਇਹਦੇ ਓਏ ਆਪਣਾ ਇਹ ਆ ਬੋਟਲ 'ਤੇ ਆ, ਓਏ ਆਹ ਕੀ ਪੇ ਟੋਫੀ ਪਈ ਆ ਇਹ ਖਾ ਸਕਦੇ ਆਪਾਂ, ਚਲੋ ਦਿਖਾਨੇ ਆ ਤੁਹਾਨੂੰ ਵਾਸ਼ਰੂਮ। ਉਹ ਖਾ ਲੈਣੇ ਆ ਯਾਰ ਪਹਿਲਾਂ, ਇੱਧਰ ਵਾਸ਼ਰੂਮ ਆ ਗਿਆ, ਜਦ ਮਿਲ ਲੈਂਦੇ ਤੁਹਾਨੂੰ ਕਾਲਜ 'ਚ। ਇਹ ਲੋਕ ਬਾਹਰੋਂ ਲੱਗੂਗਾ ਮੇਰੇ ਹਿਸਾਬ ਨਾਲ ਕਿ ਨਹੀਂ, ਰੱਖਤੇ ਇੱਕ ਵਾਰੀ ਬੈਗ ਸਾਡਾ ਕਾਲਜ ਬਸ ਉਹ ਉੱਥੇ ਦੀ ਹੈ, ਮਤਲਬ ਹੀ ਹੈ ਤੁਰ ਕੇ ਜਾ ਸਕਦੇ ਹਾਂ। ਲਓ ਬਾਈ ਆਹ ਸੀ ਆਪਣਾ ਹੋਟਲ ਸੀਗਾ, ਅਤੇ ਆਪਾਂ ਚੱਲੇ ਹਾਂ ਕਾਲਜ, ਕਾਲਜ ਆਪਣਾ ਉੱਧਰ ਹੈ ਸਾਹਮਣੇ। ਕਿੱਧਰ ਆਪਣਾ ਰਸਤਾ ਬਣਾਓ ਜਾਣ ਦਾ, ਅੱਛਾ ਉੱਥੋਂ ਜਾਣਾ ਨਾ ਬਾਈ ਖੜੇ ਅੱਗੇ, ਅੱਛਾ ਸਭ ਤੋਂ ਵੱਡਾ ਕਾਲਜ ਹੈ ਇਹ, ਅੱਛਾ ਯਾਰ ਹਾਂ ਇਹ ਸਾਰਾ ਕੁਛ ਕਾਲਜ ਦਾ ਹੈ। ਪਤਾ ਮੈਨੂੰ ਜਿਵੇਂ ਉੱਥੇ ਵਿੱਚ ਹੀ ਜਾਨਵਰ ਜੀ ਫਿਰਦੇ, ਇਹਨਾਂ ਦੇ ਭੇਡਾਂ ਭੁੱਡਾਂ ਗੀਆਂ ਗਾਵਾਂ ਗਾਵਾਂ। ਜਿਹੜੇ ਦੇ ਅੰਦਰ ਜਾ ਕੇ ਬਾਈ ਕੀ ਗੱਲਬਾਤ ਹੈ, ਆਪਾਂ ਫਸਟ ਐਂਟਰੈਂਸ 'ਚ ਆਉਣਾ ਕਾਲਜ ਦੀ ਐਂਟਰੈਂਸ 'ਚ। ਲਓ ਬਾਈ ਹੈ ਕਿਸੇ ਨੇ ਸਾਹਮਣੇ ਆ ਹੈ ਸਟੂਡੈਂਟ ਐਸੋਸੀਏਸ਼ਨ, ਇੱਥੇ ਕੀ ਇੱਥੇ ਜਾਣਾ ਆਪਾਂ ਅਲੂਮਨੀ ਸੈਂਟਰ, ਆਹੀ ਹੈ ਬਾਬੇ ਅੰਦਰ ਜਾ ਕੇ ਦੇਖਦੇ ਪਹਿਲਾਂ ਕਲਾਸ ਦੇਖ ਲਈ ਕਿਹੜੀ ਆਪਣੀ। ਲਓ ਜੀ ਲੈ ਲਈ ਆਪਾਂ ਸਟੂਡੈਂਟ ਆਈ ਡੀ ਕਾਲਜ ਦੀ, ਇਹ ਤੋਂ ਬਿਨਾਂ ਆਪਾਂ ਕਿਤੇ ਜਾ ਨਹੀਂ ਸਕਦੇ ਬਾਈ। ਮੇਰੀ ਵੀ ਦਿਖਾ ਸਟੂਡੈਂਟ ਆ, ਮੇਰੀ ਵੀ ਦਿਖਾ, ਚੈੱਕ ਕਰ ਲੈ, ਖੁਸ਼ ਆ ਮੁੰਡਾ ਪੂਰਾ, ਦੇਖਦੇ ਹਾਂ ਬਾਕੀ ਕੀ ਗੱਲਬਾਤ ਹੈ। ਕਾਲਜ ਦੇਖ ਲਓ ਬਾਈ ਐਡਾ ਵੱਡਾ ਵੀ ਸਾਡੀ ਕਲਾਸ ਨਹੀਂ ਲੱਭਦੀ, ਸਾਰੀਆਂ ਬਿਲਡਿੰਗਾਂ ਦੇਖ ਲਈਆਂ ਸਾਰੇ ਪਾਸੇ ਲੱਭੀ ਜਾਂਦੇ ਹਾਂ, ਸਾਡੀ 7 ਨੰਬਰ ਮੇਰੀ 7 ਨੰਬਰ ਬਿਲਡਿੰਗ 'ਚ, ਇਹਦੀ 3 ਨੰਬਰ 'ਚ, ਪਹਿਲਾਂ ਹੁਣ ਇਹਦੀ ਲਵਾਉਂਦੇ ਹਾਂਗੇ ਫਿਰ ਮੈਂ ਲੱਭ ਲੂੰਗਾ ਆਪਦੀ, ਹੁਣ ਇੱਕ ਦੂਜੇ ਦੀ ਲਾਈਨ ਲਵਾਉਣੀ ਪਊਗੀ, ਦੇਖਦੇ ਬਾਕੀ। ਇੱਧਰ ਹਾਊਸ ਟੂਰ ਚੱਲ ਰਹੇ ਹਾਂ, ਇੱਕ ਵਾਰੀ ਕਲਾਸ 'ਚ ਵੜ ਜਾਈਏ ਫਿਰ ਦੇਖਦੇ ਹਾਂ ਕੀ ਗੱਲਬਾਤ ਹੈ। ਬਹੁਤ ਬੱਚੇ ਆ ਬਹੁਤ ਯਾਰ, ਉਹ ਸੀ ਸਾਡੀ ਬਿਲਡਿੰਗ ਸਾਹਮਣੇ, ਮੈਂ ਵੀ ਉਹ ਹੈ ਹੁਣ ਆਉਣੀ ਤਾਂ ਕਿਹਾ ਸੀ ਜਿਵੇਂ ਟ੍ਰੈਂਗਲ ਬਣੀ ਹੋਈ ਕਹਿੰਦੇ ਸ਼ੀਸ਼ੇ ਦੀ, ਆਹੀ ਬਿਲਡਿੰਗ ਹੋ ਸਕਦੀ ਹੈ ਆਪਣੀ। ਬਾਕੀ ਦੇਖੋ ਕਾਲਜ ਬਹੁਤ ਵੱਡਾ, ਇੱਧਰੋਂ ਦੀ ਬਾਈਪਾਸ ਹੋ ਜਾਈਏ। ਦਿਖਾਨੇ ਕਹਿੰਦੇ ਸ਼ਾਂਤੀ ਬੜੀ ਹੈ, ਬੰਦਾ ਹੀ ਨਹੀਂ ਹੈਗਾ ਕੋਈ ਯਾਰ ਇੱਥੇ ਤਾਂ,
1034 ਹੈ ਇੱਧਰ 34 ਇੱਧਰ ਹੀ ਆ ਆਹੀ ਹੈ 34 ਏ ਆਹੀ ਹੈ ਸ਼ੁਕਰ ਆ ਸਾਡੀ ਕਲਾਸ ਮਿਲ ਗਈ ਖੋਲ ਕੇ ਦੇਖੀਏ ਕੁਛ ਹੈਗਾ ਯਾਰ ਇਹਦੇ ਇਹ ਤਾਂ ਲੈਵ ਹੈ ਨਹੀਂ ਮੈਨੂੰ ਲੱਗਦਾ ਮੈਂ ਦੁਬਾਰੇ ਦੇਖਣੀ ਪਊਗੀ ਕਲਾਸ ਆ ਪਾਣੀ ਪੀ ਲਈਏ ਯਾਰ ਪਹਿਲਾਂ ਫਾਈਨਲੀ ਕਲਾਸ ਲੱਭ ਗਈ ਬਾਬੇ ਆਪਣੀ ਹੈਂ ਇਹਦੀ ਵੀ ਇੱਕ ਲੱਭ ਗਈ ਮੇਰੀ ਵੀ ਇੱਕ ਲੱਭ ਗਈ ਮੇਰੇ ਤਾਂ ਅੱਜ ਇੱਕ ਕਲਾਸ ਹੀ ਹੈ 1 ਵਜੇ ਸਟਾਰਟ ਹੋ ਗਈ ਉਦੋਂ ਤੱਕ ਇਹਦੀ ਆਪਾਂ ਦੂਜੀ ਲਵਾ ਦਿੰਦੇ ਹਾਂ ਇਹਦੀ ਜਿਹੜੀ ਦੂਜੀ ਕਲਾਸ ਹੈ ਉੱਧਰ ਹੀ ਮੇਰੀ ਕਲਾਸ ਹੈ ਦੇਖਦੇ ਹਾਂ ਬਾਕੀ ਹੌਲੀ ਦੇਖੋ ਤੁਸੀਂ ਗੱਲਬਾਤ ਯਾਰ ਥੰਬਨੇਲ ਨੂੰ ਵਾਸਤੇ ਤਾਂ ਫੋਟੋ ਲੈ ਲੈਂਦੇ ਹਾਂ ਠੀਕ ਹੈ ਹੋ ਗਈ ਡਨ ਚਲੋ ਦਿਖਾਉਂਦਾ ਤੁਹਾਨੂੰ ਪਿਛਲੇ ਕੈਮਰੇ ਨਾਲ ਮੁੰਡੇ ਦੀ ਕਲਾਸ ਐਰ ਮਿਸ ਹੋ ਜੂਗੀ ਯਾਰ ਭੁੱਖ ਲੱਗੀ ਹੋਇਆ ਬਾਈ ਦੋਵਾਂ ਦੀਆਂ ਕਲਾਸਾਂ ਲੱਭ ਗਈਆਂ ਬੜੀ ਦਿੱਕਤ ਹੈ ਜਿਹਨੇ ਆਉਣਾ ਦੇਖ ਦੇਖ ਕੇ ਕਾਲਜ ਬਹੁਤ ਘੈਂਟ ਹੈ ਜਿਹਨੇ ਪੜ੍ਹਾਈ ਵਾਸਤੇ ਆਉਣਾ ਪੈਸਾ ਪੂਸਾ ਖੁੱਲਾ ਜਿਹਦੇ ਕੋਲ ਉਹ ਤਾਂ ਆਓ ਇੱਥੇ ਠੀਕ ਹੈ ਜਿਹਨੇ ਜਨਵਰੀ ਇਨਟੇਕ ਆਉਣਾ ਬਾਈ ਆਪਦੀ ਅਕੋਮੋਡੇਸ਼ਨ ਪਹਿਲਾਂ ਹੀ ਇੰਡੀਆ ਤੋਂ ਹੀ ਦੇਖ ਲਿਓ ਕਿਉਂਕਿ ਕਾਲਜ ਵਾਲੇ ਪ੍ਰੋਵਾਈਡ ਕਰਦੇ ਨੇ ਇੱਥੇ ਆ ਕੇ ਜੇ ਤੁਸੀਂ ਕਹੋ ਅਸੀਂ ਅਕੋਮੋਡੇਸ਼ਨ ਲੈ ਲਾਂਗੇ ਨਹੀਂ ਅਕੋਮੋਡੇਸ਼ਨ ਨਹੀਂ ਮਿਲਦੀ ਜਾਂ ਤਾਂ ਗੱਡੀ ਗੁੱਡੀ ਦਾ ਪਲਾਨ ਪੈਸੇ ਵਰਕੇ ਇੰਨੇ ਕੁ ਲੈ ਕੇ ਆਏ ਤੁਸੀਂ ਗੱਡੀ ਲੈ ਸਕੋ ਇੱਕ ਗੱਲ ਇਹ ਵੀ ਦੱਸ ਦੇ ਵੀ ਅਪ ਡਾਊਨ ਵੀ ਨਹੀਂ ਕਰ ਸਕਦੇ ਜੇ ਤੁਸੀਂ ਕੈਲਗਰੀ ਰਹਿੰਦੇ ਆ ਤੁਸੀਂ ਅਪ ਡਾਊਨ ਵੀ ਨਹੀਂ ਕਰ ਸਕਦੇ ਕਿਉਂਕਿ ਨਾ ਕੋਈ ਬੱਸ ਅਲਾਟ ਹੋਈ ਆ ਨਾ ਕੁਝ ਹੋਰ ਕੈਲਗਰੀ ਤੋਂ ਆਉਣਾ ਜਾਣਾ ਬਈ ਹੈ ਨਹੀਂਗਾ ਏਜੰਟ ਦੇ ਮਗਰ ਲੱਗ ਕੇ ਨਾ ਕਰਾਇਓ ਐਡਮਿਸ਼ਨ ਉੱਥੇ ਇੱਕ ਮਿਲਦਾ ਉਹਨਾਂ ਨੂੰ ਕਮਿਸ਼ਨ ਵੱਧ ਮਿਲਦਾ ਇੱਥੇ ਕਾਲਜ ਪੂਰਾ ਸਿਰ ਹੈ ਜੇ ਤੁਹਾਡੇ ਕੋਲ ਹੈਗਾ ਮਹੀਨੇ ਦਾ 1200 ਖਰਚਾ ਤੁਹਾਡੇ ਘਰ ਦੇ ਭੇਜ ਦੇਣਗੇ ਕਾਲਜ ਦੀ ਅਕੋਮੋਡੇਸ਼ਨ ਹੈਗੀ ਇੱਥੇ ਰਹਿ ਸਕਦੇ ਹੋ ਬਾਕੀ ਕਾਲਜ ਹੋਰਾਂ ਨਾਲ ਤਾਂ ਮਹਿੰਗਾ ਹੀ ਹੈ ਸਾਨੂੰ ਬਹੁਤ ਮੁਸ਼ਕਿਲ ਨਾਲ ਮਿਲੀ ਸਾਨੂੰ ਤਾਂ 1.5 ਮਹੀਨਾ ਹੋ ਗਿਆ ਸੀ ਲੱਭਦੇ ਨੂੰ ਹਾਂ ਤੇ ਮਸਾਂ ਇੱਕ ਘਰ ਮਿਲਿਆ ਤੁਹਾਡਾ ਕੋਈ ਰਿਸ਼ਤੇਦਾਰ ਇੱਥੇ ਫਿਰ ਤੁਹਾਨੂੰ ਕੋਈ ਚੱਕਰ ਨਹੀਂ ਹਾਂ ਫਿਰ ਕੋਈ ਚੱਕਰ ਨਹੀਂ ਬਾਕੀ ਦਿਖਾਉਂਦੇ ਹਾਂ ਤੁਹਾਨੂੰ ਸਾਰਾ ਅੱਜ ਤਾਂ 1 ਵਜੇ ਸਟਾਰਟ ਹੋਊਗਾ ਇਹਨਾਂ ਦਾ ਪ੍ਰੋਗਰਾਮ ਅੱਜ ਸਾਡੀ ਕਲਾਸਾਂ ਹੈ ਨਹੀਂ ਵੈਸੇ ਲੱਭ ਲਈਆਂ ਸੀ ਅੱਗੇ ਤੱਕ ਦਿੱਕਤ ਨਹੀਂ ਆਉਣੀ ਸਾਨੂੰ ਹੁਣ ਜਾ ਰਹੇ ਹਾਂ ਅਸੀਂ ਟਿਮ ਟੁੰਮ 'ਤੇ ਮਾੜਾ ਮੋਟਾ ਖਾ ਪੀ ਲਈਏ ਭੁੱਖੇ ਆਈ ਸੀ ਸਵੇਰੇ ਉਹ ਮਿਲਦੇ ਹਾਂ ਵੀ ਅੱਗੇ ਵੀ ਖਾਣ ਪੀਣ ਵਾਲਾ ਜਗਾੜ ਜਾ ਗਿਆ ਇੱਥੇ ਤਾਂ ਆਹੀ ਕੁਛ ਮਿਲਦਾ ਤੁਹਾਨੂੰ ਵੈਜੀਟੇਰੀਅਨ ਚਾਹ ਹੀ ਮਿਲਿਆ ਬਾਕੀ ਚਿਕਨ ਦੇ ਵਿੱਚ ਤਾਂ ਬਹੁਤ ਆਪਸ਼ਨਸ ਅਵੇਲੇਬਲ ਨੇ ਤੁਸੀਂ ਇੱਥੇ ਆ ਸਕਦੇ ਹੋ ਹਾਂ ਹਾਂ ਚੱਲ ਠੀਕ ਹੈ ਹਾਂਜੀ ਤਾਂ ਆਪਾਂ ਜਾਏ ਸੀ ਕਲਾਸਾਂ ਕਲੂਸਾਂ ਦੇਖ ਆਏ ਸੀਗੇ ਪਰ ਅੱਜ ਪਹਿਲੇ ਦਿਨ ਕਰਕੇ ਕਹਿੰਦੇ ਉਹਦੇ ਆਪਣੀ ਲੈਬ ਸੀਗੀ ਲੈਬ ਦੀ ਕਲਾਸ ਸੀ ਅੱਜ ਅਤੇ ਉਹ ਤਾਂ ਕੈਂਸਲ ਹੋ ਗਈ ਸੀ ਆਪਣੀ ਬਾਕੀ ਹੁਣ ਕਾਲਜ ਹੀ ਘੁੰਮ ਰਹੇ ਆਪਣਾ ਜੋ ਘਰ ਹੈ ਆਹ ਦੇਖੋ ਇਹ ਸਾਡੇ ਵੈਰੀ ਆ ਗਏ ਕਈ ਵਾਰ ਹੇਟਰਸ ਵਿੱਚ ਆ ਜਾਂਦੇ ਵੀਡੀਓ ਦੇ ਚੱਲ ਕੋਈ ਨਹੀਂ ਆਹ ਫੇਸ ਕਰ ਲਾਂਗੇ ਸਾਰੀ ਚੀਜ਼ਾਂ ਪਰ ਬਾਈ ਦੱਸ ਦੇ ਸਾਨੂੰ ਕਲਾਸਾਂ ਆਪਣੀਆਂ ਹੈਗੀਆਂ ਅੱਜ ਹੈ ਨਹੀਂ ਗੀਆਂ ਮੈਨੂੰ ਲੱਗਦਾ ਗੱਲ ਵੀ ਲੱਗਦੀਆਂ ਅਤੇ ਹੋਰ ਦੇਖੋ ਚਲੋ ਮੁੰਡਿਓ ਅਤੇ ਹੁਣ ਆਪਾਂ ਜਾ ਰਹੇ ਹਾਂਗੇ ਲਾਇਬ੍ਰੇਰੀ ਦੇ ਵਿੱਚ ਉੱਥੇ ਜਾ ਕੇ ਬੈਠਾਂਗੇ ਉਹ ਦੇਖੋ ਕੀ ਸਭ ਦਾ ਲੱਗਿਆ ਹੋਇਆ ਕਾਲਜ ਆ ਬਾਈ ਜਿਹਨਾਂ ਨੂੰ ਅਕੋਮੋਡੇਸ਼ਨ ਦਾ ਦਿੱਕਤ ਆਉਂਦੀ ਆ ਸੰਡੇ ਨਹੀਂ ਵਿਲੇਜ ਕਾਲਜ ਦੇ ਵਿੱਚ ਹੀ ਆ ਇੱਕ ਹੋਸਟਲ ਦੇ ਕੋਰਸ ਜਿਹੜੇ ਮੇਰੇ ਵੀ ਉਹ ਇੱਧਰ ਆ ਹੀ ਹੈ ਅਤੇ ਤੁਸੀਂ ਇੱਥੇ ਵੀ ਅਪਲਾਈ ਕਰ ਸਕਦੇ ਇੱਥੇ ਵਿਜ਼ਿਟ ਕਰੋਗੇ ਜਦੋਂ ਅਤੇ ਇਹਨਾਂ ਨਾਲ ਗੱਲਬਾਤ ਕਰਕੇ ਜਾਇਓ ਪਤਾ ਕਰਿਓ ਵੀ ਇਹਦੇ ਵਿੱਚ ਤੁਹਾਨੂੰ ਅਵੇਲੇਬਿਲਟੀ ਹੈਗੀ ਹੈ ਮੇ ਬੀ ਇਹ ਫੁੱਲ ਹੋ ਚੁੱਕਿਆ ਅਤੇ ਦੂਜੇ ਜਿਹੜੇ ਹੋਸਟਲ ਦੇ ਕੋਰਸ ਹੈ ਠੀਕ ਹੈ ਉਹ 'ਚ ਤੁਹਾਨੂੰ ਥਾਂ ਮਿਲ ਸਕਦੀ ਹਾਲੇ ਥੋੜ੍ਹੀ ਬਹੁਤੀ ਅਤੇ ਦੇਖੋ ਯਾਰ ਅਕੋਮੋਡੇਸ਼ਨ ਲੱਭਣ ਦੀ ਕੋਸ਼ਿਸ਼ ਕਰੋ ਕਿਉਂਕਿ ਅਪ ਡਾਊਨ ਤੁਸੀਂ ਵੱਧੋ ਵੱਧ ਮਹੀਨਾ ਕਰ ਲਿਓ ਹੈ ਨਾ ਅਤੇ ਉਦੋਂ ਬਾਅਦ ਤਾਂ ਬਰਫ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਊਗੀ ਕਿਉਂਕਿ ਜਿੰਨਿਆਂ ਨੂੰ ਵੀ ਅਸੀਂ ਮਿਲੇ ਹਾਂ ਸਾਰੇ ਕਹਿੰਦੇ ਅਕੋਮੋਡੇਸ਼ਨ ਦੀ ਕਰਕੇ ਆਉਣਾ ਜਾਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਤੁਸੀਂ ਆਪਦੀ ਗੱਡੀ ਵੀ ਲੈ ਲਓਗੇ ਫਿਰ ਵੀ ਸਮਾਂ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਊਗੀ ਤੁਹਾਨੂੰ ਬਾਕੀ ਦੇਖਦੇ ਹਾਂ ਸਾਰਾ ਕੁਛ ਕਿਵੇਂ ਕੁਛ ਬਣ ਰਹੇ ਆ ਬਰੋ ਲੰਗਰ ਲੱਗਿਆ ਆ ਹੁਣ ਬੋਲ ਨਹੀਂ ਚਾਹ ਚਾਹ ਮਿਲ ਰਹੀ ਹੈ ਉਹ ਐਨਕਾਂ ਨਹੀਂ ਮਿਲ ਰਹੀਆਂ ਯਾਰ ਇਹ ਤਾਂ ਬੋਤਲ 'ਚ ਭਰ ਦਿਓ ਕਹਿੰਦੇ ਚਾਹ ਦੇਖੋ ਆਹ ਦੇਖੋ ਇਹਨਾਂ ਨੇ ਲਾਈਆਂ ਹੋਈਆਂ ਸੀਟਾਂ ਜੀ ਇਹਦੇ ਵਿੱਚ ਅੱਖਾਂ ਦੇ ਐਨਕਾਂ ਲਾ ਕੇ ਆਹ ਕੁਛ ਪਾਉਣਾ ਤੁਹਾਨੂੰ ਮਿਲਦਾ ਬਿਸਕੁਟ ਹਾਂ ਉਹਦੇ ਵਿੱਚ ਟੋਇਲਟ ਸੀਟ 'ਚ ਪਾਣੀ ਆ ਦੇਖੀ ਕਿਹੋ ਜਿਹੀ ਬਣਾਈ ਆ ਮਿਲਦੇ ਹਾਂ ਬਈ
ਆ ਸਾਰੇ ਆਪਣੇ ਕੋਰਸ ਦੇ ਬੰਦੇ ਕੋਸਾ ਬਾਬ ਹੋਏ ਮਰੇ ਉਹ ਪਾਲਾ ਭਰਾਵਾ ਆਹ ਬਣ ਰਿਹਾ ਕਹਿੰਦੇ ਅੰਦਰ ਮੇ ਵੀ ਚਿਕਨ ਬਣ ਰਿਹਾ ਜਾਂ ਇਹ ਬੀਫ ਵਗੈਰਾ ਬਣਾ ਰਿਹਾ ਆਹ ਕੋਕ ਕਾਕ ਦੀਆਂ ਬੋਤਲਾਂ ਪਈਆਂ ਦੇਖਦੇ ਹਾਂ ਬਾਅਦ 'ਚ ਦੇਖਾਂਗੇ ਪੈ ਗਿਆ ਚੱਲ ਮਨੀ ਹੌਲੀ ਲੋ ਵੀ ਹੁਣ ਖਾਣ ਪੀਣ ਦਾ ਇੰਤਜ਼ਾਮ ਕਰਤਾ ਬਈ ਇੱਥੇ ਲੈਣ ਚਲਾ ਕੇ ਖਾਣਾ ਪੀਣਾ ਲੈ ਸਕਦੇ ਆਪਾਂ ਯਾਰ ਇੱਥੇ ਵੈੱਜ ਵਾਲਾ ਸਿਸਟਮ ਨਹੀਂ ਹੋਣਾ ਬਰੋ ਆਪਣਾ ਹਨਾ ਉਹਨੂੰ ਪੁੱਛਾਂਗੇ ਜੇ ਵੈੱਜ ਹੈਗਾ ਤਾਂ ਆਪਾਂ ਨੂੰ ਚਿਪਸ ਵਗੈਰਾ ਮਿਲ ਜੂਗੀ ਲੋ ਬਈ ਮਿਲ ਗਿਆ ਆਪਾਂ ਨੂੰ ਖਾਣ ਪੀਣ ਦਾ ਸਿਸਟਮ ਆਹ ਤਾਂ ਬਰਗਰ ਜੀ ਮਿਲਦੇ ਸੀ ਉਹ 'ਚ ਤਾਂ ਬੀਫ ਬੂਫ ਸੀ ਆਪਾਂ ਉਹ ਲਿੱਤਾ ਨਹੀਂ ਵੀ ਆਹ ਵੀ ਗੇਮ ਚੱਲ ਰਹੀ ਹੈ ਕੋਈ ਹੈਲੋ ਲੋ ਬਈ ਖਾ ਪੀ ਕੇ ਕੈਨ ਕੂਨ ਪੀ ਕੇ ਆਪਾਂ ਹੋ ਗਏ ਵਿਹਲੇ ਹੁਣ ਰਾਤ ਨੂੰ ਇਹਦੇ 7 ਵਜੇ ਨੂੰ ਡੀਜੇ ਨਾਈਟ ਹੈ ਰਾਤ ਨੂੰ ਸਾਰੇ ਫਿਰ ਇਕੱਠੇ ਹੋਣਗੇ ਇੱਧਰ ਆ ਗੇਮ ਚੱਲ ਰਹੀ ਹੈ ਇੱਕ ਹੋਰ ਤਰ੍ਹਾਂ ਦੀ ਗੇਮ ਉੱਧਰ ਆ ਦੂਜੀ ਗੇਮ ਚੱਲ ਰਹੀ ਹੈ ਇੱਧਰ ਜਿਹੜਾ ਆਪਾਂ ਹੈਗਾ ਸੀ ਆਪਾਂ ਬਰਗਰ ਜਿਹਾ ਸੀ ਉਹ ਲੈਤਾ ਨਹੀਂ ਕਿਉਂਕਿ ਚਿਕਨ ਸੀ ਉਹਦੇ ਵਿੱਚ ਮਤਲਬ ਕਿ ਉਹਦੇ 'ਚ ਨਾ ਬੀਫ ਸੀਗਾ ਹਾਂਜੀ ਤਾਂ ਆਪਾਂ ਆ ਗਏ ਸੀਗੇ ਕਾਲਜ ਦੇ ਵਿੱਚ ਹੁਣ ਆਪਾਂ ਜਾਣਾ ਹੈ 7-8 ਵਜੇ ਦੇ ਕਰੀਬ ਕਿਉਂਕਿ ਉੱਥੇ ਪਾਰਟੀ ਹੈ ਅਤੇ ਵੀਡੀਓ ਨੂੰ ਕਰ ਦਿਓ ਲਾਈਕ ਆਪਾਂ ਵੀਡੀਓ ਦੂਜਾ ਪਾਰਟ ਪਾਵਾਂਗੇ ਜੇ ਉੱਥੇ ਗਏ ਆਪਾਂ ਪਾਰਟੀ 'ਤੇ ਤਾਂ ਉੱਥੋਂ ਦਾ ਅੱਡ ਪਾਰਟ ਪਾਵਾਂਗੇ ਠੀਕ ਹੈ ਫਸਟ ਡੇ ਦਾ ਬਾਕੀ ਕੱਲ੍ਹ ਤੋਂ ਕਲਾਸਾਂ ਸਟਾਰਟ ਨੇ ਸਵੇਰੇ 9 ਵਜੇ ਤੋਂ ਵੀ ਤੁਹਾਨੂੰ ਸਾਰਾ ਦਿਖਾਵਾਂਗੇ ਕੀ ਸੀਨ ਹੈ ਕਿੰਨੀ ਕੁ ਔਖਾ ਕੰਮ ਹੈ ਪੜ੍ਹਾਈ ਕਿਹੜੀ ਆ ਉਸਨੂੰ ਹੌਲੀ ਹੌਲੀ ਕਰਕੇ ਦੱਸਦੀ ਰਹਾਂਗੇ ਬਾਕੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ